ਬਿਲਡਿੰਗਾਂ ਲੋਕ ਉਦੋਂ ਦੇਖਣ ਆਉਂਦੇ ਨੇ ਜਦੋਂ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ ਸੀ ਜਦੋਂ ਸ਼ਹੀਦ ਭਗਤ ਸਿੰਘ ਸ਼ਹੀਦ ਹੋਏ ਸੀ ਅੱਗੇ ਪਿੱਛੇ ਕੋਈ ਆਉਂਦਾ ਨਾ ਜੀ ਨਾ ਅੱਗੇ ਪਿੱਛੇ ਕੋਈ ਨਹੀਂ ਆਣਾ ਉਹਨਾਂ ਨੇ ਉਦੋਂ ਹੀ ਹੈ ਜਾਂ ਭਗਤ ਸਿੰਘ ਦੇ ਜਨਮ ਦਿਨ ਤੇ ਜਾਂ ਭਗਤ ਸਿੰਘ ਦੇ ਜਦੋਂ ਡੈਥ ਹੋਈ ਸੀ 23 ਮਾਰਚ ਨੂੰ ਤੇ ਜਾਂ ਆਣਗੇ 27 ਸਤੰਬਰ ਨੂੰ ਉਸ ਤੋਂ ਬਾਅਦ ਕੋਈ ਨਹੀਂ ਆਉਂਦਾ ਨਾ ਕੋਈ ਇੱਥੇ ਵੇਖਣ ਆਇਆ ਕਿ ਕੀ ਚੱਕਰ ਹੈ ਕੀ ਗੱਲ ਹੈ ਉਦੋਂ ਆ ਕੇ ਬਸ ਕਹਿਣਗੇ ਹਾਂਜੀ ਉਹ ਵੀ ਵੇਖ ਕੇ ਚੱਲ ਜਾਂਦੇ ਨੇ ਕਰਨਾ ਕੁਝ ਨਹੀਂ ਹੈ ਸਿਰਫ ਵੇਖਣਗੇ ਵੇਖ ਕੇ ਆਪਣਾ ਚਲੋ ਜੀ ਠੀਕ ਹੈ ਓਕੇ ਸਾਧ ਨਹੀਂ ਲੈਂਦੇ ਕੋਈ ਸਾਧ ਨਹੀਂ ਹਜੇ ਤੱਕ ਵੀ ਤੁਹਾਨੂੰ ਤੁਸੀਂ ਵੇਖ ਲਓ ਆ ਪੌੜੀਆਂ ਦੀ ਹਾਲਤ ਵੇਖ ਲਓ ਉੱਪਰ ਛੱਤਾਂ ਦੀ ਵੇਖ ਲਓ ਆ ਬੰਨੇ ਵੇਖ ਲਓ ਕਿ ਆਪਦੇ ਬੱਚੇ ਵੀ ਹੁਣ ਕੋਠੇ ਜਾਂਦੇ ਨੇ ਡਰ ਲੱਗਦਾ ਕਿ ਯਾਰ ਕੋਈ ਡਿੱਗੀ ਨਾ ਪਵੇ ਛੱਤ ਕਾਫੀ ਖਸਤਾ ਹਾਲਤ ਜੇ ਕਦੀ ਵੀ ਡਿੱਗ ਸਕਦੀ ਹਾਂਜੀ ਬਹੁਤ ਖਸਤਾ ਸੀ ਬਾਹਲੇ ਇੱਟਾਂ ਵੀ ਸ਼ਾਇਦ ਮਤਲਬ ਨਿਕਲ ਗਈ ਹਾਂਜੀ ਹਾਂਜੀ ਵੇਖ ਲਓ ਬਿਲਡਿੰਗ ਦੀ ਤੁਸੀਂ ਆਪ ਵੀ ਵੇਖ ਸਕਦੇ ਕਿ ਇਹ ਬਿਲਡਿੰਗ ਦਾ ਕੀ ਇੱਕ ਡੇਂਜਰ ਡੇਂਜਰ ਹੀ ਕਹਿ ਸਕਦੇ ਕਿ ਇਹੀ ਰਹਿ ਰਹੇ ਹਾਂ ਪਰ ਅਸੀਂ ਕੀ ਸਾਨੂੰ ਕੀ ਮਤਲਬ ਮੇਰੇ ਬੱਚਿਆਂ ਨੂੰ ਛੱਤ ਦਿੱਤੀ ਹੋਈ ਹੈ ਚੱਲ ਜਿਵੇਂ ਵੀ 19-21 ਗੁਜ਼ਾਰਾ ਹੁੰਦਾ ਅਸੀਂ ਕਰੀ ਜਾਂਦੇ ਹਾਂ ਅਸੀਂ ਇੱਥੇ ਇੰਨੇ ਸਮੇਂ ਤੋਂ ਰਹਿੰਦੇ ਹਾਂ ਕਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਭਗਤ ਸਿੰਘ ਇੱਥੇ ਆ ਕੇ ਬੰਬ ਬਣਾਉਂਦੇ ਸਨ ਇੱਥੇ ਆ ਕੇ ਰਹਿੰਦੇ ਸਨ ਇੱਥੇ ਮੀਟਿੰਗਾਂ ਹੁੰਦੀਆਂ ਸੀ ਇਹ 5-6 ਸਾਲਾਂ ਤੋਂ ਮੁੱਦਾ ਉੱਠਿਆ ਜੀ ਕਿ ਭਗਤ ਸਿੰਘ ਇੱਥੇ ਰਹਿ ਗਿਆ ਜਾਂ ਕਿਵੇਂ ਉਸ ਤੋਂ ਬਾਅਦ ਹੀ ਸਾਨੂੰ ਵੀ ਉਸ ਤੋਂ ਬਾਅਦ ਹੀ ਅਸਲ ਪਤਾ ਲੱਗਾ ਕਿ ਇਹ ਕੀ ਹੈਗੀ ਹੈ ਤੁਹਾਨੂੰ ਪਹਿਲਾਂ ਪਤਾ ਨਹੀਂ ਸੀ ਸਾਨੂੰ ਨਹੀਂ ਪਹਿਲਾਂ ਪਤਾ ਭਗਤ ਸਿੰਘ ਦੇ ਅਸੀਂ ਫੈਨ ਆ ਭਗਤ ਸਿੰਘ ਦੇ ਅਸੀਂ ਉਹ ਆ ਭਗਤ ਸਿੰਘ ਦੇ ਅਸੀਂ ਆ ਅਸੀਂ ਭਗਤ ਸਿੰਘ ਨੂੰ ਇੰਨਾ ਕਰਦੇ ਆ ਪਰ ਇਸ ਚੀਜ਼ ਨੂੰ ਵੇਖੋ ਫਿਰ ਭਗਤ ਸਿੰਘ ਦੀ ਆ ਚੀਜ਼ ਨੂੰ ਤਾਂ ਵੇਖੋ ਅਗਰ ਨਹੀਂ ਵੇਖ ਸਕਦੇ ਤਾਂ ਫਿਰ ਇਹ ਚੀਜ਼ਾਂ ਕਰਨ ਦਾ ਉਹ ਦਿਖਾਵਾ ਹੀ ਹੋ ਗਿਆ ਤੁਸੀਂ ਕਿ ਇੱਕ ਭਗਤ ਸਿੰਘ ਜੀ ਨੂੰ ਆ ਯਾਦ ਕਰ ਲਿਆ ਕਿ ਭਗਤ ਸਿੰਘ ਜੀ ਹੈਗੇ ਸੀ ਉਹ ਸਾਨੂੰ ਆਜ਼ਾਦੀ ਦਵਾ ਗਏ ਨੇ ਬਾਕੀ ਚਲੋ ਗੱਲ ਖਤਮ ਅਗਰ ਭਗਤ ਸਿੰਘ ਨਾਲ ਇੰਨਾ ਤੁਹਾਨੂੰ ਪ੍ਰੇਮ ਪਿਆਰ ਜਾਂ ਇੰਨੀ ਤੁਸੀਂ ਮਾਨਤਾ ਕਰਦੇ ਹੋ ਭਗਤ ਸਿੰਘ ਦਾ ਨਾਮ ਇੰਨਾ ਉੱਚਾ ਨਾਂ ਹੈ ਤਾਂ ਉਹਦੀ ਜਿੱਥੇ ਉਹ ਰਹਿ ਕੇ ਆਇਆ ਉਹਦੀ ਚੀਜ਼ ਨੂੰ ਸਵਾਰੋ ਕਿ ਉਹ ਬਿਲਡਿੰਗ ਡਿੱਗਣ ਵਾਲੀ ਉਹਦੇ ਬੰਨੇ ਵੇਖੋ ਉਹਦੇ ਛੱਤਾਂ ਵੇਖੋ ਉਹਨੂੰ ਜਾ ਕੇ ਸਵਾਰੋ ਤੁਸੀਂ ਦੇਖੋ ਆ ਉੱਪਰ ਜਿਵੇਂ ਇਹਦੀ ਹਾਲਤ ਹੈਗੀ ਹੈ ਅਗਰ ਕੋਈ ਇਹਨੂੰ ਸਵਾਰ ਦਿੰਦਾ ਤਾਂ ਇਹੀ ਚੀਜ਼ ਸੋਹਣੀ ਲੱਗੇਗੀ ਤੁਹਾਨੂੰ ਇਹੀ ਚੀਜ਼ ਹੋਰ 20 ਸਾਲ 25 ਸਾਲ 30 ਸਾਲ ਹੋਰ ਜ਼ਿਆਦਾ ਚੱਲ ਜਾਏਗੀ ਕਿ ਆਉਣ ਵਾਲੀ ਪੀੜ੍ਹੀ ਤੋਂ ਪੀੜ੍ਹੀ ਨੂੰ ਵੀ ਪਤਾ ਲੱਗਿਆ ਕਿ ਹਾਂ ਵੀ ਇੱਥੇ ਭਗਤ ਸਿੰਘ ਜੀ ਆਏ ਸੀ ਜਾਂ ਅਗਰ ਨਹੀਂ ਕਰੋਗੇ ਇਹ ਹੋਰ 6 ਮਹੀਨੇ ਟਹਿ ਗਿਆ ਇਹ ਪੁਰਾਣਾ ਵਿਰਸਾ ਤਾਂ ਮਿਲਣਾ ਨਹੀਂ ਕਿ ਪੁਰਾਣੀਆਂ ਕੰਧਾਂ ਨੇ ਉਦੋਂ ਦੀਆਂ ਬਣੀਆਂ ਹੋਈਆਂ ਨੇ ਇਹ ਟਹਿ ਇੱਕਾਂ ਹੀ ਟਹਿ ਗਈਆਂ ਬਣੀਆਂ ਨਵੇਂ ਸਿਰੋਂ ਨਹੀਂ ਹੈ ਪਰ ਆਹ ਚੀਜ਼ਾਂ ਨਹੀਂ ਰਹੀਆਂ ਨਹੀਂ ਕਿਹਦੇ ਕੋਲ ਗਏ ਹੋ ਕਿੰਨੂੰ ਕਿੰਨੂੰ ਦੱਸਿਆ ਜਾ ਕੇ ਵੀ ਬਿਲਡਿੰਗ ਦੀ ਹੁਣ ਸੰਭਾਲ ਕਰ ਲਓ ਇਸ ਨੂੰ ਕਲੀ ਕਰਾ ਲਓ ਇਸ ਨੂੰ ਰਿਪੇਅਰ ਕਰਾ ਲਓ ਨਹੀਂ ਤਾਂ ਇਹ ਬਿਲਡਿੰਗ ਡਿੱਗ ਪੂਗੀ ਕਿਸੇ ਨੇ ਇਹ ਨਹੀਂ ਕਿਹਾ ਤੋ ਇੱਟ ਟੁੱਟ ਗਈ ਇੱਟ ਲਵਾ ਦਈਏ ਜਾਂ ਛੱਤਾਂ ਗੱਤੀਆਂ ਇਹਨਾਂ ਨੂੰ ਪੱਕਾ ਕਰਾ ਦਈਏ ਜਾਂ ਕੋਈ ਹੋਰ ਇਹਦਾ ਕੋਈ ਟੁੱਟ ਭੱਜ ਹੈਗੀ ਕਰਾ ਦਈਏ ਉਹ ਵੀ ਮੈਨੂੰ ਹੀ ਕਰਾਉਣਾ ਪੈਂਦਾ ਹੁਣ 2 ਸਾਲ ਹੋਏ ਕਰੋਨਾ ਚੱਲਦੇ ਨੂੰ ਪੈਸੇ ਨਹੀਂ ਇੰਨੇ ਹੁੰਦੇ ਬੱਚੇ ਵੀ ਪੜ੍ਹਦੇ ਪਏ ਨੇ ਆਪਦਾ ਘਰ ਦਾ ਵੀ ਖਰਚਾ ਮੁਸ਼ਕਲ ਹੋਇਆ ਪਿਆ ਪਰ ਫਿਰ ਵੀ ਜਿੰਨਾ ਵੀ ਇਹ ਸੰਭਾਲ ਹੋ ਸਕੇ ਰੱਖੀ ਦੀ ਸੰਭਾਲ ਤਾਂ ਕੀ ਇਤਿਹਾਸ ਬਾਰੇ ਹੋਰ ਗੱਲ ਹੁੰਦੀ ਸੀ ਕਾਫੀ ਲੰਮੇ ਸਮੇਂ ਤੋਂ ਤੁਹਾਡਾ ਪਰਿਵਾਰ ਇੱਥੇ ਰਹਿੰਦਾ ਰਹੇ ਤਾਂ ਉਹ ਹੀ ਗੱਲਾਂ ਕਰਦੇ ਕਿ ਮਤਲਬ ਨੀਚੇ ਜਿਹੜੀਆਂ ਹੁਣ ਸ਼ੋਪਾਂ ਬਣ ਗਈਆਂ ਇਹ ਪਹਿਲਾਂ ਹਾਲ ਹੁੰਦਾ ਸੀ ਜਿਹੜੇ ਨੀਚੇ ਆਪਣਾ 3 ਦੁਕਾਨਾਂ ਬਣ ਗਈਆਂ ਇੱਥੇ ਸ਼ੋਪ ਆਪਣਾ ਸ਼ੋਪ ਬਣ ਗਿਆ ਹੁਣ ਇੱਥੇ ਇੱਕ ਹਾਲ ਹੁੰਦਾ ਸੀ ਉੱਥੇ ਅੰਦਰ ਆ ਕੇ ਮੀਟਿੰਗ ਕਰਦੇ ਸੀ ਉੱਪਰ ਦਾ ਤੇ ਚਲੋ ਆਪਾਂ ਕਹਿੰਦੇ ਆ ਕਿ ਇਹਦੇ ਛੱਤੇ ਉੱਪਰ ਉਹਦੇ ਜਿੱਥੇ ਆਉਂਦੇ ਰਹੇ ਨੇ ਉਹ ਇਤਿਹਾਸ ਹਰ ਇੱਕ ਪਿੰਡ ਅਤੇ ਹਰ ਇੱਕ ਸ਼ਹਿਰ ਦਾ ਹੁੰਦਾ ਹੈ ਅੱਜ ਅਸੀਂ ਮੌਜੂਦ ਹਾਂ ਫਿਰੋਜ਼ਪੁਰ 'ਚ ਫਿਰੋਜ਼ਪੁਰ ਜਿੱਥੇ ਸ਼ਹੀਦ ਭਗਤ ਸਿੰਘ ਸੁਖਦੇਵ ਸਿੰਘ ਅਤੇ ਰਾਜਗੁਰੂ ਨੂੰ ਸ਼ਹੀਦ ਕੀਤਾ ਗਿਆ ਸੀ ਅਸੀਂ ਜਿਸ ਘਰ ਵਿੱਚ ਮੌਜੂਦ ਹਾਂ ਇਸ ਘਰ ਵਿੱਚ ਸ਼ਹੀਦ ਭਗਤ ਸਿੰਘ ਮੀਟਿੰਗਾਂ ਕਰਦੇ ਸੀ ਆਪਣੇ ਸਾਥੀਆਂ ਦੇ ਨਾਲ ਲਾ ਕੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਪੁਰਾਣੀਆਂ ਬਿਲਡਿੰਗਾਂ ਨੇ ਸੰਨ 47 ਤੋਂ ਪਹਿਲਾਂ ਦੀਆਂ ਜਿੱਥੇ ਭਗਤ ਸਿੰਘ ਆ ਕੇ ਮੀਟਿੰਗਾਂ ਕਰਦੇ ਸਨ ਉਦੋਂ ਇਹ ਵੀ ਕਿਹਾ ਜਾਂਦਾ ਕਿ ਜੋ ਬੰਬ ਹੈ ਬੰਬ ਇੱਥੇ ਆ ਕੇ ਬਣਾਉਂਦੇ ਸਨ ਅਤੇ ਲੁਕਦੇ ਵੀ ਇੱਥੇ ਹੀ ਸਨ ਇੱਥੇ ਆ ਕੇ ਲੁਕਦੇ ਸਨ ਅਤੇ ਅੱਜ ਇਸ ਬਿਲਡਿੰਗ ਦੇ ਵਿੱਚ ਇੱਕ ਸ਼ਖਸ ਰਹਿੰਦਾ ਰਾਜੂ ਨਾਮ ਦਾ ਜੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਬਿਲਡਿੰਗ ਵਿੱਚ ਮੌਜੂਦ ਹੈ ਜਦੋਂ ਬਿਲਡਿੰਗਾਂ ਸੰਭਾਲਣ ਦੀ ਗੱਲ ਆਉਂਦੀ ਹੈ ਇਤਿਹਾਸ ਨੂੰ ਦੇਖਣ ਦੀ ਜਾਂ ਸੁਣਨ ਦੀ ਗੱਲ ਆਉਂਦੀ ਹੈ ਤਾਂ ਉਸ ਸਮੇਂ ਕਿਹਾ ਜਾਂਦਾ ਵੀ ਸਾਡੀਆਂ ਬਿਲਡਿੰਗਾਂ ਇਤਿਹਾਸ ਕਿਉਂ ਨਹੀਂ ਸਾਂਭਿਆ ਜਾਂਦਾ ਇਸ ਬਿਲਡਿੰਗ ਦੇ ਉੱਪਰ ਦੇਖ ਸਕਦੇ ਹੋ ਕਿ ਘਾਹ ਉੱਗ ਗਿਆ ਛੱਤਾਂ ਦੇ ਉੱਪਰ ਘਾਹ ਉੱਗ ਗਿਆ ਪਰ ਕਿਸੇ ਨੇ ਕੋਈ ਸਾਧ ਨਹੀਂ ਲਈ ਸਾਧ ਨਹੀਂ ਲਈ ਅਤੇ ਰਾਜੂ ਸ਼ਖਸ ਸਾਡੇ ਨਾਲ ਮੌਜੂਦ ਨੇ ਇਹਨਾਂ ਕੋਲ ਖੁਦ ਜਾਣਾਂਗੇ ਕਦੋਂ ਕਦੋਂ ਲੋਕ ਇੱਥੇ ਆਉਂਦੇ ਨੇ ਕਦੋਂ ਕਦੋਂ ਲੋਕ ਇੱਥੇ ਆਉਂਦੇ ਨੇ ਕਦੋਂ ਕਦੋਂ ਲੋਕ ਚਾਹੁੰਦੇ ਨੇ ਜਾਂ ਕਦੋਂ ਕਦੋਂ ਲੋਕਾਂ ਨੂੰ ਲੱਗਦਾ ਵੀ ਸਾਨੂੰ ਇਹ ਬਿਲਡਿੰਗ ਆ ਕੇ ਦੇਖਣੀ ਚਾਹੀਦੀ ਹੈ ਤਾਂ ਦੂਸਰੇ ਪਾਸੇ ਕ੍ਰਾਂਤੀਕਾਰੀਆਂ ਦੀ ਗੱਲ ਕਰੀਏ ਉਸ ਸਮੇਂ ਜਦੋਂ ਸ਼ਹੀਦ ਭਗਤ ਸਿੰਘ ਇੱਕ ਰੋਹ ਦਾ ਮਾਹੌਲ ਸੀ ਆਜ਼ਾਦੀ ਤਾਂ ਦੇ ਕੇ ਚਲੇ ਗਏ ਪਰ ਕੀ ਆਜ਼ਾਦੀ ਦੇ ਨਾਲ ਨਾਲ ਜਿਹੜੀਆਂ ਚੀਜ਼ਾਂ ਇਤਿਹਾਸ ਨਾਲ ਜੁੜੀਆਂ ਨੇ ਅਸੀਂ ਉਹ ਸਾਂਭ ਕੇ ਰੱਖੀਆਂ ਨੇ ਹੁਣ ਵਾਕਈ ਕੀ ਇਸ ਬਿਲਡਿੰਗ ਨੂੰ ਸਾਂਭ ਕੇ ਰੱਖਿਆ ਜਾਊਗਾ ਰਾਜੂ ਸਾਡੇ ਨਾਲ ਨੇ ਇੱਕ ਸ਼ਖਸ ਜੋ ਇੱਥੇ ਕਾਫੀ ਲੰਮੇ ਸਮੇਂ ਤੋਂ ਰਹਿੰਦੇ ਨੇ ਇਹਨਾਂ ਦਾ ਪਰਿਵਾਰ ਇਹਨਾਂ ਦੇ ਪਿਤਾ ਜੀ ਵੀ ਇੱਥੇ ਰਹਿੰਦੇ ਰਹੇ ਸਨ ਤਾਂ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਰਾਜੂ ਜੀ
ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਨੂੰ? ਸਾਨੂੰ 35 ਸਾਲ ਹੋ ਗਏ। ਤੁਹਾਡੇ ਪਿਤਾ ਜੀ ਨੂੰ? ਮੇਰੇ ਪਿਤਾ ਜੀ ਹਾਂ ਇੱਥੇ ਹੀ, ਮੈਂ ਵੀ ਜੰਮਿਆ ਪਲਿਆ, ਮੇਰੇ ਬੱਚੇ ਵੀ ਇੱਥੇ ਹੋਏ ਨੇ ਤੇ ਕਾਫੀ ਟਾਈਮ ਤੋਂ, ਮਤਲਬ 35 ਸਾਲ ਤੁਸੀਂ ਲਾ ਹੀ ਲਓ, ਮੈਕਸਿਮਮ 35 ਸਾਲ ਸਾਨੂੰ ਹੋ ਗਏ ਨੇ। ਅੱਛਾ ਹੁਣ ਸਵਾਲ ਆਉਂਦਾ, ਤੁਸੀਂ ਮੈਨੂੰ ਜ਼ਿਕਰ ਵੀ ਕਰਦੇ ਸੀ ਕਿ ਬਿਲਡਿੰਗਾਂ ਲੋਕ ਉਦੋਂ ਦੇਖਣ ਆਉਂਦੇ ਨੇ ਜਦੋਂ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ ਸੀ ਜਾਂ ਜਦੋਂ ਸ਼ਹੀਦ ਭਗਤ ਸਿੰਘ ਸ਼ਹੀਦ ਹੋਏ ਸੀ, ਅੱਗੇ ਪਿੱਛੇ ਕੋਈ ਆਉਂਦਾ? ਨਾ ਜੀ ਨਾ, ਅੱਗੇ ਪਿੱਛੇ ਕੋਈ ਨਹੀਂ, ਨਾ ਕਦੀ ਕੋਈ ਆ ਕੇ ਸੁੱਧ ਲਈਏ, ਨਾ ਕਿਸੇ ਨੇ ਕਿਹਾ ਕਿ ਹਾਂਜੀ ਇਹ ਇਹਨੂੰ ਸਵਾਰਨਾ ਚਾਹੀਦਾ ਜਾਂ ਇਹਨੂੰ ਰੱਖਣਾ ਚਾਹੀਦਾ ਵਧੀਆ ਤਰ੍ਹਾਂ, ਕਿਸੇ ਨੇ ਸਾਡੀ ਸੁੱਧ ਨਹੀਂ ਲੈਂਦੇ ਨੇ। ਆਪੇ ਹੀ ਪਿਆਹਾ ਲਾਈਦਾ, ਆਪੇ ਹੀ ਕਲੀ ਰੋਗਨ, ਛੱਤਾਂ ਮਿੱਟੀ ਵਾਲੀਆਂ, ਆਪੇ ਮਿੱਟੀ ਪਵਾਈ ਦੀ, ਅੰਦਰ ਰਗ ਰੋਗਨ ਸਭ ਕੁਛ ਆਪ ਹੀ ਕਰਾਈਦਾ ਜੀ। ਰਿਪੇਅਰ ਆਪ ਵੀ, ਆਪ ਹੀ ਕਰਾਉਣਾ? ਰਿਪੇਅਰ ਸਾਰੀ ਆਪ ਹੀ ਕਰਾਈਦੀ ਜੀ। ਹੁਣ ਤੁਸੀਂ ਇੱਥੇ ਰਹਿੰਦੇ ਹੋ, ਹੋਰ ਕੀ ਇਤਿਹਾਸ ਜੁੜੇ ਇਸ ਬਿਲਡਿੰਗ ਦੇ ਨਾਲ? ਤੁਸੀਂ ਆਸੇ ਪਾਸੇ ਦੀ ਵੀ ਚਰਚਾ ਕਰਦੇ ਪਏ ਸੀ, ਆਸੇ ਪਾਸੇ ਵੀ ਬਿਲਡਿੰਗਾਂ ਹੈਗੀਆਂ ਨੇ, ਕਈ ਟੁੱਟ ਗਈਆਂ ਨੇ, ਕਈ ਮੌਜੂਦ ਨੇ, ਕਈਆਂ ਨੇ ਰਿਪੇਅਰ ਕੀਤੀ ਆ, ਕਈਆਂ ਨੇ ਢਾ ਕੇ ਚਬਾਰੇ ਬਣਾ ਲਏ ਨੇ। ਆਸੇ ਪਾਸੇ ਹੁਣ ਜਿਵੇਂ ਸਾਹਮਣੇ ਬਿਲਡਿੰਗ ਨਵੀਂ ਬਣ ਗਈ, ਉੱਥੇ ਕਹਿੰਦੇ ਸੀ ਨਾਈ ਹੁੰਦਾ ਸੀ, ਉਹਦੀ ਕੱਚੀ ਦੁਕਾਨ, ਉਹ ਕੱਚਾ ਚਬਾਰਾ ਹੁੰਦਾ ਸੀ, ਉਹ ਢਹਿ ਢੂ ਕੇ ਉਹ ਨਵੀਂ ਬਿਲਡਿੰਗ ਬਣ ਗਈ ਹੈ। ਕਹਿੰਦੇ ਸੀ ਉੱਥੇ ਵਾਲ ਵੁਲ ਕਟਾਏ ਉਹਨਾਂ ਨੇ, ਕੇਸ ਕਟਾਏ ਸੀ ਸ਼ਹੀਦ ਭਗਤ ਸਿੰਘ ਨੇ। ਸ਼ਹੀਦ ਭਗਤ ਸਿੰਘ ਜੀ ਨੇ ਇੱਥੋਂ ਲਾਹੌਰੋਂ ਜਦੋਂ ਆਏ ਨੇ, ਲਾਹੌਰੋਂ ਕਟਵਾ ਕੇ ਫਿਰ ਗਏ ਸੀ ਕਲਕੱਤੇ। ਭੇਸ ਬਦਲਿਆ ਸੀ ਉਹਨਾਂ? ਭੇਸ ਬਦਲਿਆ ਸੀ। ਹਾਂ ਪੁਰਾਣੀ, ਹੁਣ ਕਈ ਸੁਣਿਆ ਜੀ, ਆਪਾਂ ਵੀ 100 ਸਾਲ ਪੁਰਾਣੀਆਂ ਗੱਲਾਂ ਹੋ ਗਈਆਂ ਜੀ, ਸਾਡੇ ਦਾਦੇ ਪੜਦਾਦੇ ਤੋਂ ਪਹਿਲਾਂ ਦੀਆਂ ਗੱਲਾਂ ਨੇ, ਬਾਕੀ ਜੋ ਜਿੰਨਾ ਕਿਸੇ ਨੇ ਦੱਸਿਆ ਸੁਣਿਆ ਉਹਨਾਂ ਕੁ ਆਪਾਂ ਨੂੰ ਪਤਾ। ਮੀਟਿੰਗਾਂ ਦੇ ਜਦੋਂ ਹੁਣ ਤੁਹਾਡੇ ਪਿਤਾ ਜੀ ਇੱਥੇ ਸੀ, ਤੁਸੀਂ ਕਹਿੰਦੇ ਵੀ ਤੁਹਾਡੇ ਦਾਦਾ ਜੀ ਜਾਂ ਚਾਚਾ ਜੀ ਵੀ ਇੱਥੇ ਰਹਿੰਦੇ ਸੀ, ਤਾਂ ਕੀ ਇਤਿਹਾਸ ਬਾਰੇ ਹੋਰ ਗੱਲ ਹੁੰਦੀ ਸੀ? ਕਾਫੀ ਲੰਮੇ ਸਮੇਂ ਤੋਂ ਤੁਹਾਡਾ ਪਰਿਵਾਰ ਇੱਥੇ ਰਹਿੰਦਾ ਤਾਂ ਉਹੀ ਗੱਲਾਂ ਕਰਦੇ ਕਿ ਮਤਲਬ ਨੀਚੇ ਜਿਹੜੀਆਂ ਹੁਣ ਸ਼ੋਪਾਂ ਬਣ ਗਈਆਂ, ਇਹ ਪਹਿਲਾਂ ਹਾਲ ਹੁੰਦਾ ਸੀ, ਜਿਹੜੇ ਨੀਚੇ ਆਪਣਾ 3 ਦੁਕਾਨਾਂ ਬਣ ਗਈਆਂ, ਇੱਥੇ ਸ਼ੋਪ ਆਪਣਾ ਸ਼ੋਪ ਬਣ ਗਿਆ, ਹੁਣ ਇੱਥੇ ਇੱਕ ਹਾਲ ਹੁੰਦਾ ਸੀ, ਉੱਥੇ ਅੰਦਰ ਆ ਕੇ ਮੀਟਿੰਗ ਮੂਟਿੰਗ ਕਰਦੇ ਸੀ। ਉੱਪਰ ਦਾ ਤਾਂ ਚਲੋ ਆਪਾਂ ਕਹਿੰਦੇ ਹਾਂ ਕਿ ਇਹਦੇ ਛੱਤ ਦੇ ਉੱਪਰ ਉਹਦੇ ਜਿੱਥੇ ਆਉਂਦੇ ਰਹੇ ਨੇ ਉਹ, ਅਤੇ ਬਾਕੀ ਇਹ ਹੈ ਕਿ ਕੰਮ ਉਹਨਾਂ ਨੇ ਜੋ ਕਰਨੇ ਚੰਗੇ ਹੀ ਕੀਤੇ ਨੇ, ਕੋਈ ਮਾੜਾ ਕੰਮ ਤਾਂ ਕੀਤਾ ਨਹੀਂ ਹੈ। ਬਾਕੀ ਅਗਲੇ ਹੁਣ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਅਗਰ ਉਹ ਇੰਨਾ ਕੁਛ ਕਰ ਗਏ ਸਾਡੇ ਲਈ, ਤਾਂ ਅਸੀਂ ਉਹਨਾਂ ਦੀ ਜਿਹੜੀ ਯਾਦਗਾਰਾਂ ਨੇ ਉਹਨਾਂ ਨੂੰ ਸਵਾਰੀਏ। ਤੁਸੀਂ ਕਿਹਦੇ ਕੋਲ ਗਏ ਹੋ? ਕਿਹਨੂੰ ਕਿਹਨੂੰ ਦੱਸਿਆ ਜਾ ਕੇ ਵੀ ਬਿਲਡਿੰਗ ਦੀ ਹੁਣ ਸੰਭਾਲ ਕਰ ਲਓ, ਇਸ ਨੂੰ ਕਲੀ ਕਰਾ ਲਓ, ਇਸ ਨੂੰ ਰਿਪੇਅਰ ਕਰਾ ਲਓ, ਨਹੀਂ ਤਾਂ ਬਿਲਡਿੰਗ ਡਿੱਗ ਪੂਗੀ? ਤਾਂ ਕਿਸੇ ਕੋਲ ਨਹੀਂ ਗਿਆ ਜੀ, ਲੋਕ ਹੀ ਬਹੁਤ ਆਉਂਦੇ ਨੇ, ਪਰ ਸਿਰਫ ਇੱਕ ਆਉਂਦੇ ਨੇ ਛੋ ਛੁਪਾਂ ਨੂੰ ਵੇਖਣ ਵਾਸਤੇ ਕਿ ਹਾਂ ਇਹ ਕੀ ਹੈਗਾ ਕੀ ਹੈਗਾ। ਕਿਸੇ ਨੇ ਇਹ ਨਹੀਂ ਕਿਹਾ ਇੱਥੋਂ ਇੱਟ ਟੁੱਟ ਗਈ ਇੱਟ ਲਵਾ ਦਈਏ, ਜਾਂ ਛੱਤਾਂ ਕੱਚੀਆਂ ਨੇ ਉਹਨੂੰ ਪੱਕਾ ਕਰਾ ਦਈਏ, ਜਾਂ ਕੋਈ ਹੋਰ ਰਹਿੰਦਾ ਕੋਈ ਟੁੱਟ ਭੱਜ ਹੈਗੀ ਕਰਾ ਦਈਏ, ਉਹ ਵੀ ਮੈਨੂੰ ਹੀ ਕਰਾਉਣਾ ਪੈਂਦਾ। ਹੁਣ 2 ਸਾਲ ਹੋਏ ਕਰੋਨਾ ਚੱਲਦੇ ਨੂੰ, ਪੈਸੇ ਨਹੀਂ ਇੰਨੇ ਹੁੰਦੇ, ਬੱਚੇ ਵੀ ਪੜ੍ਹਦੇ ਪਏ ਨੇ, ਆਪਦਾ ਘਰ ਦਾ ਵੀ ਖਰਚਾ ਮੁਸ਼ਕਿਲ ਹੋਇਆ ਪਿਆ, ਪਰ ਫਿਰ ਵੀ ਜਿੰਨਾ ਵੀ ਇਹ ਸੰਭਾਲ ਹੋ ਸਕੇ ਰੱਖੀ ਦੀ ਸੰਭਾਲ ਜੀ। ਹੁਣ ਆਸ ਪਾਸ ਦੇ ਲੋਕ ਵੀ ਨੇ, ਅਤੇ ਹੁਣ ਜੇ ਗੱਲ ਕਰਨੇ ਬਿਲਡਿੰਗ ਦੀ ਵੀ ਆਪਾਂ ਗੱਲ ਕਰਨੇ ਹਾਂ, ਵੀ ਜੋ ਤੁਸੀਂ ਕਹਿ ਰਹੇ ਵੀ ਕਿਹਾ ਕਈਆਂ ਨੂੰ, ਕੋਈ ਲੀਡਰ ਜਾਂ ਕਿਸੇ ਹੋਰ ਨੇ ਅਸੀਂ ਕੋਈ ਜਾ ਲਿਆ ਸਾਥ ਲਈ ਆ ਕੇ? ਤੁਸੀਂ ਹੁਣ ਕਹਿ ਵੀ ਦੇ ਸੀ ਵੀ ਕਈ ਇੱਥੇ ਝੰਡੇ ਲੈ ਕੇ ਆਏ ਸੀ, ਪ੍ਰੋਟੈਸਟ ਕਰ ਰਹੇ ਸੀ ਆ ਕੇ, ਉਹ ਜਿਵੇਂ ਵੇਖ ਲਓ ਤੁਸੀਂ ਕਿ ਆਪਣਾ ਜਿਹੜੇ ਆ ਹੁੰਦੇ ਨੇ ਮਚੋਟੀਆਂ ਵਾਲੇ ਹੁੰਦੇ ਨੇ, ਆਪਣੇ ਪਿੰਡਾਂ ਵਾਲੇ ਲੋਕ ਜਿਹੜੇ ਜਿਨ੍ਹਾਂ ਨੂੰ ਵੇਖਣ ਦਾ ਸ਼ੌਂਕ ਆ, ਵੇਖ ਆਈਏ, ਹੁਣ ਉਹ ਇਕੱਠੇ ਹੋ ਗਏ, ਕੋਈ ਆਉਣਾ ਉਹਨਾਂ ਨੇ ਉਦੋਂ ਹੀ ਹੈ, ਜਾਂ ਭਗਤ ਸਿੰਘ ਦੇ ਜਨਮ ਦਿਨ 'ਤੇ ਜਾਂ ਭਗਤ ਸਿੰਘ ਦੇ ਜਦੋਂ ਡੈਥ ਹੋਈ ਸੀ 23 ਮਾਰਚ ਨੂੰ, ਅਤੇ ਜਾਂ ਆਉਣਗੇ 27 ਸਤੰਬਰ ਨੂੰ, ਉਸ ਤੋਂ ਬਾਅਦ ਕੋਈ ਨਹੀਂ ਆਉਂਦਾ, ਨਾ ਕੋਈ ਇੱਥੇ ਵੇਖਣਾ ਹੈ ਕਿ ਕੀ ਚੱਕਰ ਹੈ ਕੀ ਗੱਲ ਹੈ, ਉਦੋਂ ਆ ਕੇ ਬਸ ਕਹਿਣਗੇ ਹਾਂਜੀ, ਉਹ ਵੀ ਵੇਖ ਕੇ ਚੱਲ ਜਾਂਦੇ ਨੇ, ਕਰਨਾ ਕੁਛ ਨਹੀਂ ਹੈ, ਸਿਰਫ ਵੇਖਣਗੇ, ਵੇਖ ਕੇ ਆਪਣਾ ਚਲੋ ਜੀ ਠੀਕ ਹੈ ਓਕੇ, ਸਾਥ ਨਹੀਂ ਲੈਂਦੇ, ਕੋਈ ਸਾਥ ਨਹੀਂ। ਤੁਸੀਂ ਕੋਸ਼ਿਸ਼ ਕੀਤੀ ਮਿਲਣ ਦੀ ਕਈਆਂ ਨੂੰ, ਜਾਂ MLA ਨੂੰ ਗੱਲ ਕਰ ਲਓ, DC ਸਾਹਿਬ ਨੂੰ ਗੱਲ ਕਰ ਲਓ? ਸਾਨੂੰ ਪਤਾ ਹੀ ਹੈ, ਇੰਨੀਆਂ ਖਬਰਾਂ ਆ ਚੁੱਕੀਆਂ, ਇੰਨਾ ਸਭ ਕੁਛ ਸਭ ਨੂੰ ਪਤਾ, ਪਰ ਨਹੀਂ ਕਿਸੇ ਦੇ ਕੋਈ ਗੱਲਬਾਤ ਨਹੀਂ, ਆਪਾਂ ਨੂੰ ਕਿਸੇ ਨੇ ਮਦਦ ਨਹੀਂ ਕੀਤੀ ਹਜੇ ਤੱਕ ਵੀ। ਤੁਹਾਨੂੰ ਤੁਸੀਂ ਵੇਖ ਲਓ ਆ ਪੌੜੀਆਂ ਦੀ ਹਾਲਤ ਵੇਖ ਲਓ, ਉੱਪਰ ਛੱਤਾਂ ਦੀ ਵੇਖ ਲਓ, ਆਹ ਬੰਨੇ ਵੇਖ ਲਓ, ਕਿ ਆਪਦੇ ਬੱਚੇ ਵੀ ਹੁਣ ਕੋਠੇ ਜਾਂਦੇ ਨੇ, ਡਰ ਲੱਗਦਾ ਕਿ ਯਾਰ ਕੋਈ ਡਿੱਗ ਹੀ ਨਾ ਪਵੇ। ਛੱਤ ਕਾਫੀ ਖਸਤਾ ਹਾਲਤ, ਕਦੇ ਵੀ ਡਿੱਗ ਸਕਦੀ? ਹਾਂਜੀ ਬਹੁਤ ਖਸਤਾ ਹਾਲਤ, ਬਾਹਰਲੇ ਇੱਟਾਂ ਵੀ ਸ਼ਾਇਦ ਮਤਲਬ ਨਿਕਲ ਗਈ। ਹਾਂਜੀ ਹਾਂਜੀ ਵੇਖ ਲਓ ਬਿਲਡਿੰਗ ਦੀ, ਤੁਸੀਂ ਆਪ ਵੀ ਵੇਖ ਸਕਦੇ ਕਿ ਇਹ ਬਿਲਡਿੰਗ ਦਾ ਕੀ ਇੱਕ ਡੇਂਜਰ, ਡੇਂਜਰ ਹੀ ਕਹਿ ਸਕਦੇ ਕਿ ਅਸੀਂ ਰਹਿ ਰਹੇ ਹਾਂ, ਪਰ ਅਸੀਂ ਕੀ ਸਾਨੂੰ ਕੀ ਮਤਲਬ ਮੇਰੇ ਬੱਚਿਆਂ ਨੂੰ ਛੱਤ ਦਿੱਤੀ ਹੋਈ ਹੈ, ਚੱਲ ਜਿਵੇਂ ਵੀ 19-21 ਗੁਜ਼ਾਰਾ ਹੁੰਦਾ ਅਸੀਂ ਕਰੀ ਜਾਂਦੇ ਹਾਂ, ਨਹੀਂ ਤਾਂ ਹੋਰ ਡੇਂਜਰ ਖਸਤਾ ਹਾਲਤ 'ਚ ਰਹਿਣ ਨੂੰ ਕਹਿੰਦਾ ਜੀ ਕਰਦਾ। ਤੁਸੀਂ ਇੱਥੇ ਇੰਨੇ ਸਮੇਂ ਤੋਂ ਰਹਿ ਰਹੇ ਹੋ, ਕਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਭਗਤ ਸਿੰਘ ਇੱਥੇ ਆ ਕੇ ਬੰਬ ਬਣਾਉਂਦੇ ਸਨ, ਇੱਥੇ ਆ ਕੇ ਰਹਿੰਦੇ ਸਨ, ਇੱਥੇ ਮੀਟਿੰਗਾਂ ਹੁੰਦੀਆਂ ਸੀ? ਇਹ 5-6 ਸਾਲਾਂ ਤੋਂ ਮੁੱਦਾ ਉੱਠਿਆ ਜੀ ਕਿ ਭਗਤ ਸਿੰਘ ਇੱਥੇ ਰਹਿ ਗਿਆ ਜਾਂ ਕਿਵੇਂ, ਉਸ ਤੋਂ ਬਾਅਦ ਹੀ ਸਾਨੂੰ ਵੀ ਉਸ ਤੋਂ ਬਾਅਦ ਹੀ ਅਸਲ ਪਤਾ ਲੱਗਾ ਕਿ ਇਹ ਚੀਜ਼ ਹੈਗੀ ਹੈ। ਤੁਹਾਨੂੰ ਪਹਿਲਾਂ ਪਤਾ ਨਹੀਂ? ਸਾਨੂੰ ਨਹੀਂ ਪਹਿਲਾਂ ਪਤਾ ਸੀ। ਪਰ ਬਜ਼ੁਰਗਾਂ ਨੇ ਕੋਈ ਗੱਲਬਾਤ ਦੱਸੀ? ਬਜ਼ੁਰਗਾਂ ਨੇ ਹੁਣ ਇੱਕ ਥਾਂ ਭਗਤ ਸਿੰਘ ਇੱਕ ਥਾਂ ਕੋਈ ਗਿਆ, ਹੁਣ ਫਿਰੋਜ਼ਪੁਰ 'ਚ 50 ਜਗ੍ਹਾ ਹੋਣੀਆਂ ਜਿੱਥੇ ਭਗਤ ਸਿੰਘ ਗਿਆ ਹੈ, ਪਰ ਇਹ ਹੈ ਕਿ ਥੋੜ੍ਹਾ ਇਸ ਚੀਜ਼ ਦਾ ਜਿਹੜਾ ਸ਼ਹਿਰ ਦਾ ਵਿੱਚ ਇਹਦਾ ਮਾਹੌਲ ਤਾਂ ਬਣ ਗਿਆ ਕਿ
ਤਾਂ ਇਸ ਚੀਜ਼ ਨੂੰ ਇਹਦਾ ਇਸ਼ੂ ਤਾਂ ਬਣ ਗਿਆ ਹੈ ਕਿ ਇੱਥੇ ਭਗਤ ਸਿੰਘ ਰਹਿ ਗਿਆ। ਤੁਸੀਂ ਕਹਿ ਰਹੇ ਸੀ ਕਿ ਕਾਫੀ ਮੀਡੀਆ ਵਿੱਚ ਵੀ ਗੱਲਾਂ ਗਈਆਂ, ਲੋਕਾਂ ਨੂੰ ਵੀ ਮਿਲੇ ਜਾ ਕੇ, ਪਰ ਕਿਸੇ ਨੇ ਸਾਥ ਨਹੀਂ ਦੀ। ਹੁਣ ਜਿਹੜੇ ਕਹਿੰਦੇ ਨੇ ਵੀ ਇਤਿਹਾਸ ਸਾਂਭ ਕੇ ਰੱਖੋ, ਇਤਿਹਾਸ ਨੂੰ ਪੜ੍ਹਨਾ ਚਾਹੀਦਾ, ਸੁਣਨਾ ਚਾਹੀਦਾ, ਦੇਖਣਾ ਚਾਹੀਦਾ, ਬੱਚਿਆਂ ਨੂੰ ਦਿਖਾਉਣਾ ਚਾਹੀਦਾ, ਫਿਰ ਵਾਕਈ ਇੱਕ ਪਾਸੇ ਗੱਲਾਂ ਝੂਠੀਆਂ ਜਾਪਦੀਆਂ ਨੇ। ਮੈਂ ਤਾਂ ਉਹੀ ਕਹਿੰਦਾ ਜੀ, ਲੋਕਾਂ ਜਨਾਂ ਨੂੰ ਹੁੰਦਾ ਕਿ ਅਸੀਂ ਇਤਿਹਾਸ ਸਾਂਭ ਕੇ ਰੱਖੀਏ, ਉਹਨਾਂ ਨੂੰ ਇਹ ਚੀਜ਼ ਵੇਖਣੀ ਚਾਹੀਦੀ ਨਾ। ਹੁਣ ਤੁਸੀਂ ਆਪਣੇ, ਮੈਂ ਤੁਹਾਨੂੰ ਹੀ ਕਹਿੰਦਾ ਪਿਆ, ਤੁਸੀਂ ਆਈਏ ਵੇਖੋ, ਕੈਮਰਾ ਮਾਰੋ ਸਾਰਾ, ਇਹ ਤੁਸੀਂ ਲੋਕਾਂ ਨੂੰ ਵਿਖਾਓ ਕਿ ਹਾਂਜੀ ਇਹ ਸ਼ਹੀਦ ਆਪਣਾ ਭਗਤ ਸਿੰਘ ਜੀ ਦੀ ਹੈ, ਇਹਨੂੰ ਸਾਂਭ ਕੇ ਰੱਖੀਏ ਆਪਾਂ, ਜਾਂ ਕੁਛ ਵੀ ਕਰੀਏ ਆਪਾਂ, ਮਟੀਰੀਅਲ ਲਾ ਦਈਏ ਜਾਂ ਕੁਛ ਦੇ ਦਈਏ, ਮਤਲਬ ਵੈਸੇ ਹੀ ਦੇ ਦਈਏ ਮਟੀਰੀਅਲ ਦੇ ਦਈਏ ਕਿ ਇਹਨੂੰ ਕਰਵਾ ਲਓ ਯਾਰ, ਕੁਛ ਤਾਂ ਕਰੋ, ਕੁਛ ਤਾਂ ਕਰਨਾ ਚਾਹੀਦਾ ਕਿ ਸਰਕਾਰ ਚਲੋ ਛੱਡੋ, ਜਿਹੜੇ ਮਿਹੋਤਰ ਬਣਦੇ ਨੇ ਕਿ ਭਗਤ ਸਿੰਘ ਦੇ ਅਸੀਂ ਫੈਨ ਹਾਂ, ਭਗਤ ਸਿੰਘ ਦੇ ਅਸੀਂ ਵੋ ਹਾਂ, ਭਗਤ ਸਿੰਘ ਦੇ ਅਸੀਂ ਹਾਂ, ਅਸੀਂ ਭਗਤ ਸਿੰਘ ਨੂੰ ਇੰਨਾ ਕਰਦੇ ਹਾਂ, ਪਰ ਇਸ ਚੀਜ਼ ਨੂੰ ਵੇਖੋ ਫਿਰ, ਭਗਤ ਸਿੰਘ ਦੀ ਆ ਚੀਜ਼ ਨੂੰ ਤਾਂ ਵੇਖੋ, ਅਗਰ ਨਹੀਂ ਵੇਖ ਸਕਦੇ ਤਾਂ ਫਿਰ ਇਹ ਚੀਜ਼ਾਂ ਕਰਨ ਦਾ ਉਹ ਦਿਖਾਵਾ ਹੀ ਹੋ ਗਿਆ ਤੁਸੀਂ, ਕਿ ਇੱਕ ਭਗਤ ਸਿੰਘ ਜੀ ਨੂੰ ਯਾਦ ਕਰ ਲਿਆ ਕਿ ਭਗਤ ਸਿੰਘ ਜੀ ਹੈਗੇ ਸੀ, ਉਹ ਸਾਨੂੰ ਆਜ਼ਾਦੀ ਦਵਾ ਗਏ ਨੇ, ਬਾਕੀ ਚਲੋ ਗੱਲ ਖਤਮ। ਅਗਰ ਭਗਤ ਸਿੰਘ ਦੀ ਤੁਸੀਂ ਕਰਦੇ ਜੇ, ਉਹਨਾਂ ਦੀ ਇੰਨੀ ਰਿਸਪੈਕਟ ਕਰਦੇ, ਦਿਲੋਂ ਉਹਨਾਂ ਨੂੰ ਚਾਹੁੰਦੇ ਜੇ, ਇੰਨੀ ਤੁਸੀਂ ਉਹ ਰੈਲੀਆਂ ਰੁਲੀਆਂ ਕੱਢਦੇ ਜੇ, ਆਉਂਦੇ ਜੇ ਕਰਨ ਵਾਸਤੇ, ਇੱਥੇ ਵੇਖਣ ਆਉਂਦੇ ਜੇ, ਉੱਥੇ ਵੇਖੋ ਵੀ ਕਿ ਆਵੇਂ ਉਹਦੀ ਹਾਲਤ ਕੀ ਹੈ, ਉਹਨੂੰ ਕਿਵੇਂ ਸਵਾਰਨਾ ਚਾਹੀਦਾ। ਕਦ ਵੀ ਟੁੱਟੀ ਪਿੱਛੋਂ ਦੀ, ਹਾਂਜੀ ਪਿੱਛੋਂ ਤਿੜਿਆ ਹੈ ਜੀ, ਆ ਵੇਖੋ ਮੈਂ ਤੁਹਾਨੂੰ ਕਿਹਾ ਡੇਂਜਰ ਹੈ। ਅੰਦਰ ਕਿਵੇਂ ਹਾਲਾਤ ਨੇ? ਅੰਦਰ ਮੈਂ ਮੇਨਟੇਨ ਰੱਖਿਆ ਪੂਰਾ, ਅੰਦਰ ਦਾ ਮੈਂ ਪੂਰੀ ਚੀਜ਼ ਮੇਨਟੇਨ ਰੱਖੀ ਹੋਈ ਹੈ, ਇੱਕ ਇੱਕ ਚੀਜ਼ ਮੈਂ ਆਪਣੀ, ਕਿਉਂਕਿ ਇਹ ਬਾਹਰ ਦਾ ਪੋਸ਼ਣ ਹੈ, ਬਾਹਰ ਦੇ ਪੋਸ਼ਣ 'ਚ ਮੀਂਹ ਕਣੀ ਨਾਲ ਇਹ 100 ਸਾਲ ਪੁਰਾਣਾ ਹੋਣਾ ਹੀ ਹੋਣਾ। ਅੰਦਰ ਮੈਂ 6 ਮਹੀਨੇ, 7 ਮਹੀਨੇ, 8 ਮਹੀਨੇ ਬਾਅਦ ਰੋਗਨ ਕਲੀਆਂ, ਸਾਫ਼ ਸਫਾਈ ਤਾਂ ਚਲੋ ਡੇਲੀ ਹੁੰਦੀ ਹੈ, ਬਾਕੀ ਰੋਗਨ ਸਾਰੇ ਓਕੇ ਰੱਖੇ ਹੋਏ, ਕਿ ਅੰਦਰੋਂ ਸਾਡੇ ਘਰ ਵੀ ਹੁਣ 4 ਜੀ ਕੋਈ ਰਿਸ਼ਤੇਦਾਰ ਆ ਜਾਂਦਾ, ਕੋਈ ਬਹਿਣਾ ਉੱਠਣਾ ਪੈਂਦਾ, ਕਿ ਬਾਹਰ ਦਾ ਇਹ ਹੈ ਕਿ ਹੁਣ ਇਹ ਖਸਤਾ ਹਾਲਤ ਹੋਈ ਗਈ ਹੈ। ਕਰਵਾਉਣੀ ਤਾਂ ਹੈ, ਪਰ ਅਗਰ ਹੁਣ ਤੁਸੀਂ ਕਹਿ ਰਹੇ ਕਿ ਸਰਕਾਰਾਂ ਜਾਂ ਕੋਈ ਮੋਹਤਵਰ ਸੋਚਦਾ ਨਹੀਂ ਹੈ, ਉਹ ਸੋਚੇ ਸਰੀ, ਫਿਰ ਹੀ ਗੱਲ ਬਣਦੀ ਕਿ ਹਾਂ ਵੀ ਇਹਨਾਂ ਨੇ ਭਗਤ ਸਿੰਘ ਨੂੰ ਪਿਆਰ ਕਰਦੇ, ਕਿ ਇਹਨਾਂ ਨੂੰ ਸੋਚਿਆ ਕਿ ਸਾਨੂੰ ਵੀ ਦਿਲੋਂ ਖੁਸ਼ੀ ਹੋਵੇ ਯਾਰ, ਹਾਂ ਵੀ ਕੋਈ ਆਇਆ, ਅਸੀਂ ਵੀ ਉਹਨੂੰ ਰਿਸਪੈਕਟ ਦੇਣੀ, ਆਓ ਯਾਰ ਵੇਖੋ ਤੁਸੀਂ ਭਗਤ ਸਿੰਘ ਦੀ ਕੀ ਕਿੱਡੀ ਸੋਹਣੀ ਬਣੀ ਹੈ। PM ਸਾਹਿਬ ਵੀ ਆ ਕੇ ਚਲੇ ਗਏ ਨੇ, ਹਾਂ ਵੇਖ ਲਓ ਇਹ ਹੁਣ ਉਹਨਾਂ ਨੂੰ, ਤੁਸੀਂ ਤਾਂ ਚਲੋ ਆਏ ਜੇ, ਇਹ ਗੱਲ ਤੁਸੀਂ ਅੱਗੇ ਚੱਕ ਸਕਦੇ ਜੇ ਕਿ ਯਾਰ ਜਾਓ, ਅਗਰ ਭਗਤ ਸਿੰਘ ਨਾਲ ਇੰਨਾ ਤੁਹਾਨੂੰ ਪ੍ਰੇਮ ਪਿਆਰ ਜਾਂ ਇੰਨੀ ਤੁਸੀਂ ਮਾਨਤਾ ਕਰਦੇ ਜੇ, ਭਗਤ ਸਿੰਘ ਦਾ ਨਾਂ ਇੰਨਾ ਉੱਚਾ ਨਾਂ ਹੈ, ਤਾਂ ਉਹਦੀ ਜਿੱਥੇ ਉਹ ਰਹਿ ਕੇ ਆਇਆ ਉਹਦੀ ਚੀਜ਼ ਨੂੰ ਸਵਾਰੋ, ਕਿ ਉਹ ਬਿਲਡਿੰਗ ਡਿੱਗਣ ਵਾਲੀ, ਉਹਦੇ ਬੰਨੇ ਵੇਖੋ, ਉਹਦੇ ਛੱਤਾਂ ਵੇਖੋ, ਉਹਨੂੰ ਜਾ ਕੇ ਸਵਾਰੋ ਤੁਸੀਂ, ਫਿਰ ਮੈਦਾਨ ਦਾ। ਤਸਵੀਰਾਂ ਵੀ ਲੱਗਦੀਆਂ ਨੇ ਅੱਜ ਕੱਲ੍ਹ ਗੱਡੀ ਦੇ ਪਿੱਛੇ, ਸਭ ਕੁਝ ਜਨੂਨ ਹੁੰਦਾ, ਟੀ ਸ਼ਰਟਾਂ ਵੀ ਹੈਗੀਆਂ ਨੇ, ਸਭ ਕੁਛ ਵੀ ਹੈਗਾ, ਗਾਣੇ ਵੀ ਆਉਂਦੇ ਨੇ, ਸਭ ਕੁਛ ਆਉਂਦਾ। ਇਹ ਚੀਜ਼ਾਂ ਦੇ ਵਿੱਚ ਠੀਕ ਹੈ, ਉਹ ਚੀਜ਼ਾਂ ਹੋਣੀ ਚਾਹੀਦੀਆਂ ਨੇ, ਲੋਕਾਂ ਨੂੰ ਯਾਦ ਹੋਣਾ ਚਾਹੀਦਾ ਵੀ ਸਾਨੂੰ ਆਜ਼ਾਦੀ ਕਿਸ ਨੇ ਦਵਾਈ, ਹਰ ਇੱਕ ਉਸ ਸ਼ਹੀਦ ਵਿਅਕਤੀ ਦਾ ਨਾਮ ਸਾਨੂੰ ਯਾਦ ਹੋਣਾ ਚਾਹੀਦਾ, ਇਤਿਹਾਸ ਸਾਡੇ ਕਿਤਾਬਾਂ 'ਚ ਹੋਣਾ ਚਾਹੀਦਾ। ਪਰ ਜਦੋਂ ਬਿਲਡਿੰਗਾਂ ਦੀ ਵਾਰੀ ਆਉਂਦੀ ਹੈ, ਜੇ ਬਿਲਡਿੰਗ ਕੱਲ੍ਹ ਨੂੰ ਢਹਿ ਜਾਂਦੀ ਹੈ, ਫਿਰ ਅਸੀਂ ਇਤਿਹਾਸ ਕਿਸ ਨੂੰ ਕਹਾਂਗੇ ਵੀ ਸਾਡਾ ਇਤਿਹਾਸ ਕੀ ਸੀ? ਬਿਲਡਿੰਗਾਂ ਦੇ ਨਾਲ ਇਤਿਹਾਸ ਦੱਸਿਆ ਜਾਂਦਾ ਵੀ ਸਾਡੀ ਇਹ ਬਿਲਡਿੰਗ ਸੀ। ਬਿਲਕੁਲ ਜੀ, ਬਿਲਕੁਲ। ਹੁਣ ਇਹਨੂੰ ਸਵਾਰ ਦੋਗੇ, ਦੇਖੋ ਆਹ ਉੱਪਰ ਜਿਵੇਂ ਇਹਦੀ ਹਾਲਤ ਹੈਗੀ ਹੈ, ਅਗਰ ਕੋਈ ਇਹਨੂੰ ਸਵਾਰ ਦਿੰਦਾ ਤਾਂ ਇਹੀ ਚੀਜ਼ ਸੋਹਣੀ ਲੱਗੇਗੀ, ਕੱਲ੍ਹ ਨੂੰ ਇਹੀ ਚੀਜ਼ ਹੋਰ 20 ਸਾਲ, 25 ਸਾਲ, 30 ਸਾਲ ਹੋਰ ਜ਼ਿਆਦਾ ਚੱਲ ਜਾਏਗੀ, ਕਿ ਆਉਣ ਵਾਲੀ ਪੀੜ੍ਹੀ ਤੋਂ ਪੀੜ੍ਹੀ ਨੂੰ ਵੀ ਪਤਾ ਲੱਗਿਆ ਕਿ ਹਾਂ ਵੀ ਇੱਥੇ ਭਗਤ ਸਿੰਘ ਜੀ ਆਏ ਸੀ। ਜਾਂ ਅਗਰ ਨਹੀਂ ਕਰੋਗੇ, ਇਹ ਹੋਰ 6 ਮਹੀਨੇ ਉਲਟ ਹੈ ਗਿਆ, ਇਹ ਪੁਰਾਣਾ ਵਿਰਸਾ ਤਾਂ ਮਿਲਣਾ ਨਹੀਂ, ਕਿ ਪੁਰਾਣੀਆਂ ਕੰਧਾਂ ਨੇ ਉਦੋਂ ਦੀਆਂ ਬਣੀਆਂ ਹੋਈਆਂ ਨੇ, ਇਹ ਇੱਕ ਵਾਰੀ ਢਹਿ ਗਈਆਂ ਬਣੀਆਂ, ਨਵੇਂ ਸਿਰੋਂ ਨਹੀਂ ਹੈ, ਪਰ ਆਹ ਚੀਜ਼ਾਂ ਨਹੀਂ ਰਹਿ ਜਾਣੀਆਂ। ਇਸ ਕਰਕੇ ਮੈਂ ਵੀ ਇਹੀ ਗੱਲ ਕਹਿੰਦਾ ਕਿ ਇਹਨੂੰ ਸਵਾਰੋ, ਇਹਨੂੰ ਕੁਛ ਅਗਰ ਮਾੜਾ ਮੋਟਾ ਵੀ, ਚਲੋ ਇੰਨਾ ਵੀ ਇੰਨੇ ਫੈਨ ਹੈਗੇ ਨੇ ਜਾਂ ਸਾਰੇ ਦੇਸ਼ 'ਚ ਜਾਂ ਫਿਰੋਜ਼ਪੁਰ 'ਚ ਜਾਂ ਪੰਜਾਬ 'ਚ, ਥੋੜ੍ਹਾ ਥੋੜ੍ਹਾ ਵੀ ਸਾਰੇ ਕਰਨ, ਤਾਂ ਇਹ ਬਿਲਡਿੰਗ ਦਾ ਰੁੱਖ ਹੀ ਬਦਲ ਸਕਦਾ। ਤੁਸੀਂ ਸਾਰੀ ਗੱਲ ਬਸ ਸੁਣੀ ਹੈ, ਇਹ ਬਿਲਡਿੰਗ ਜੋ ਅਸੀਂ ਜਿੱਥੇ ਮੌਜੂਦ ਹਾਂ, ਜਦੋਂ ਗੱਲ ਆਉਂਦੀ ਸੀ ਪਲੈਨਿੰਗ ਦੀ, ਸ਼ਹੀਦ ਭਗਤ ਸਿੰਘ ਜਾਂ ਹੋਰ ਉਹਨਾਂ ਨਾਲ ਜੋ ਕ੍ਰਾਂਤੀਕਾਰੀ ਸਨ, ਇੱਥੇ ਮੀਟਿੰਗਾਂ ਹੁੰਦੀਆਂ ਸੀ ਇਸ ਬਿਲਡਿੰਗ ਦੇ ਵਿੱਚ, ਇਸ ਛੱਤ ਦੇ ਹੇਠਾਂ ਮੀਟਿੰਗਾਂ ਹੁੰਦੀਆਂ ਸੀ। ਹੁਣ ਨੀਚੇ ਦੁਕਾਨਾਂ ਬਣ ਗਏ, ਇੱਥੇ ਆ ਕੇ ਭਗਤ ਸਿੰਘ ਰਹਿੰਦੇ ਸੀ, ਅੱਗੇ ਪਲੈਨ ਕਰਦੇ ਸੀ ਵੀ ਕਿਹੋ ਜਿਹਾ ਪਲੈਨ ਹੋਣਾ ਚਾਹੀਦਾ, ਕਿਵੇਂ ਦੇਸ਼ ਨੂੰ ਆਜ਼ਾਦੀ ਮਿਲੇਗੀ। ਸਵਾਲ ਕਰਿਆ ਜੇ ਤੁਸੀਂ ਵੀ ਕਿ ਵਾਕਈ ਸਾਡੇ ਇਤਿਹਾਸ ਦੀਆਂ ਬਿਲਡਿੰਗਾਂ ਸਾਂਭ ਕੇ ਰੱਖਣੀਆਂ ਨੇ, ਜੋ ਉਸ ਬਿਲਡਿੰਗਾਂ ਨੂੰ ਤੋੜ ਕੇ ਅਸੀਂ ਆਪਣਾ ਇਤਿਹਾਸ ਬੱਚਿਆਂ ਤੋਂ ਹੋਰ ਦੂਰ ਕਰ ਰਹੇ ਹਾਂ।